ਫਿਰੋਜ਼ਪੁਰ ਪੁਲਿਸ ਕੋ ਇੱਕ ਵੱਡੀ ਸਫਲਤਾ ਮਿਲੀ ਹੈ। ਪਿਛਲੇ 10-15 ਦਿਨ ਸੇ ਅਸੀਂ ਬਹੁਤ ਸਾਰੇ ਪ੍ਰੀਵੈਂਟਿਵ ਮੈਜਰਸ ਲੈ ਰਹੇ ਸੀਗੇ ਔਰ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜੇ ਗਿਰੋਹ ਫਿਰੋਜ਼ਪੁਰ ਸਿਟੀ, ਫਿਰੋਜ਼ਪੁਰ ਸਦਰ ਅਤੇ ਫਿਰੋਜ਼ਪੁਰ ਕੈਂਟ ਦੇ ਵਿੱਚ ਓਪਰੇਟ ਕਰ ਰਹੇ ਸੀਗੇ, ਅਸੀਂ ਉਹਨੂੰ ਟਾਰਗੇਟ ਕੀਤਾ ਸੀਗਾ ਔਰ ਉਹਨੂੰ ਫੰਡ ਦਾ ਪਲਾਨ ਕੀਤਾ ਸੀਗਾ। ਤੋ ਇਹਦੇ ਵਿੱਚ ਪਿਛਲੇ 2 ਦਿਨ ਦੇ ਵਿਚਕਾਰ ਅਸੀਂ 5 ਗੈਂਗ ਫੜਨ 'ਚ ਸਫਲ ਹੋਏ ਨੇ। ਟੋਟਲ ਸਾਡੇ 11 ਦੋਸ਼ੀ ਗ੍ਰਿਫਤਾਰ ਹੋਏ ਨੇ ਅਤੇ 18 ਤੇ ਉੱਤੇ ਮੁਕੱਦਮੇ ਜਿਹੜੇ ਹੈਗੇ ਉਹ ਸੋਲਵ ਹੋਏ ਹੈ। ਇਹਦੇ ਵਿੱਚ ਕਾਫੀ ਭਾਰੀ ਮਾਤਰਾ ਮੇਂ ਸਾਡੀ ਟੀਮ ਜਿਹੜੀ CIA ਦੀ ਟੀਮ ਹੈ, ਜਿਹੜੀ ਸਦਰ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਔਰ ਸਪੈਸ਼ਲੀ ਕੈਂਟ ਫਿਰੋਜ਼ਪੁਰ ਦੀ ਟੀਮ ਨੇ ਕਾਫੀ ਭਾਰੀ ਮਾਤਰਾ ਮੇਂ ਰਿਕਵਰੀ ਵੀ ਕੀਤੀ ਹੈ। ਟੋਟਲ 12 ਮੋਟਰਸਾਈਕਲ, 2 ਐਕਟਿਵਾ ਰਿਕਵਰ ਹੋਏ ਨੇ, 23 ਮੋਬਾਈਲ ਫੋਨ ਰਿਕਵਰ ਹੋਏ ਨੇ। ਇਸ ਤੋਂ ਇਲਾਵਾ ਜਿਹੜੇ ਘਰ ਦੇ ਵਿਚਕਾਰ ਦਿਨ ਦਹਾੜੇ ਕੁਝ ਗੈਂਗਸ ਨੇ ਚੋਰੀ ਕੀਤੀ ਸੀਗੀ, ਉਹਦੇ ਵਿੱਚ ਜਿਹੜੇ ਸੋਨੇ ਦੇ ਉਹਨਾਂ ਦੇ ਉਹ ਸੀਗੇ ਜਵੈਲਰੀ ਸੀਗੀ ਅਤੇ 27,000 ਰੁਪਏ ਸੀਗੇ। ਵੱਖ ਵੱਖ ਅਲੱਗ ਅਲੱਗ ਜਗ੍ਹਾ 'ਤੇ ਸਨੈਚਿੰਗ ਹੋਈ ਸੀ, ਉਹਨਾਂ ਦੇ ਵੀ ਉਹ ਸਾਰੇ ਕੁਝ ਰਿਕਵਰ ਹੋਏ ਨੇ। ਅਤੇ ਇਸ ਤੋਂ ਇਲਾਵਾ 3 ਕਾਪੇ, 1 ਕਿਰਚ ਅਤੇ 1 ਏਅਰ ਪਿਸਟਲ ਔਰ 1 ਦੇਸੀ ਕੱਟਾ ਵੀ ਇਹਦੇ ਵਿੱਚ ਅਸੀਂ ਰਿਕਵਰ ਕਰਨ 'ਚ ਸਫਲ ਹੋਏ ਨੇ। ਜਿਹੜਾ ਇਸ ਦੌਰਾਨ ਸਭ ਤੋਂ ਵੱਡਾ ਗੈਂਗ ਜਿਹੜਾ ਫੜਿਆ ਗਿਆ ਹੈ ਉਹ SHO ਕੈਂਟ ਵੱਲੋਂ ਅਤੇ ਡਿਪਟੀ SP ਸਿਟੀ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕਰਕੇ ਉਹਨੂੰ ਫੜਿਆ ਗਿਆ ਹੈ। ਉਹਦੇ ਵਿੱਚ ਟੋਟਲ 6 ਦੋਸ਼ੀ ਗ੍ਰਿਫਤਾਰ ਨੇ। ਇਹ ਯੂਜੁਅਲੀ ਰਾਤ ਮੇਂ ਓਪਰੇਟ ਕਰਦੇ ਸੀਗੇ, ਸਾਰੋ ਦੀ ਉਮਰ 20 ਅਤੇ 30 ਦੇ ਵਿਚਕਾਰ ਸੀਗੀ। ਇਹ ਸਾਰੇ ਨਏ ਹੈਗੇ, ਇਹ ਸਾਰੇ ਇਹਨਾਂ 'ਤੇ ਪੁਰਾਣੇ ਕੋਈ ਮੁਕੱਦਮਾ ਦਰਜ ਨਹੀਂ, ਸਿਰਫ 1 'ਤੇ ਜੋ ਤਰੁਣ ਹੈਗਾ ਉਹਦੇ ਉੱਪਰ 1 ਮੁਕੱਦਮਾ ਦਰਜ ਹੈ। ਇਹ ਪੂਰੇ ਗੈਂਗ ਨੇ ਕੈਂਟ ਮੇਂ ਰਾਤ ਮੇਂ ਦਿਨ ਮੇਂ ਇਹ ਯੂਜੁਅਲੀ ਟਾਰਗੇਟ ਕਰਦੇ ਸੀਗੇ ਜਿਹੜੇ ਵਲਨਰੇਬਲ ਹੈਗੇ, ਜਾਂ ਵਿਮੈਨ ਨੂੰ ਟਾਰਗੇਟ ਕਰਦੇ ਸੀਗੇ, ਜਾਂ ਓਲਡ ਕੋ ਜਾਂ ਕੋਈ ਫੈਮਿਲੀ ਦੇ ਨਾਲ ਜਾ ਰਿਹਾ ਹੈ, ਜਾਂ ਕੋਈ ਜਿਵੇਂ ਗਵਰਨਮੈਂਟ ਇੰਪਲੋਈਜ਼ ਜਿਹੜੇ ਰਾਤ ਨੂੰ ਅਕੇਲੇ ਲੌਟ ਰਹੇ ਹੁੰਦੇ, ਰੇਲਵੇ ਇੰਪਲੋਈਜ਼, ਉਹਨੂੰ ਟਾਰਗੇਟ ਕਰਦੇ ਸੀਗੇ। ਅਤੇ SHO ਕੈਂਟ ਨੇ ਬਹੁਤ ਵਧੀਆ ਕੰਮ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ। ਇਹਦੇ ਵਿੱਚ ਇੱਕ ਜਿਹੜਾ ਗਿਰੋਹ ਹੈ ਉਹਨੂੰ ਜਿਹਨੂੰ ਅਸੀਂ ਗ੍ਰਿਫਤਾਰ ਕੀਤਾ ਕੈਂਟ ਦੇ ਵਿੱਚ, ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪਰ ਉਹ ਓਪਰੇਟ ਪੂਰਾ ਇੰਟਰ ਡਿਸਟ੍ਰਿਕਟ ਕਰਦਾ ਸੀ। ਅਤੇ ਉਹਦੇ ਵਿੱਚ ਸਾਨੂੰ 9 ਮੋਟਰਸਾਈਕਲ ਦੀ ਰਿਕਵਰੀ ਹੋਈ ਹੈ। ਇਹ ਸਾਰੀ ਜ਼ਿਆਦਾਤਰ ਲੁਧਿਆਣਾ ਅਤੇ ਜਲੰਧਰ ਏਰੀਆ 'ਤੇ ਚੁਰਾਈ ਗਈ ਹੈ। ਹਾਂਜੀ, ਜਿਹੜਾ ਮੈਂ ਤੁਹਾਨੂੰ ਕਿਹਾ, ਜਿਹੜਾ ਤੁਹਾਨੂੰ ਇਹਨੂੰ ਪਾਪੂਲਰਲੀ ਜਿਹਨੂੰ ਬੁਲਾ ਰਹੇ ਹੋ ਕਾਪਾ ਗੈਂਗ ਜਿਹਨੂੰ ਕਹਿ ਰਹੇ ਹੋ, ਇਹ ਸਾਰੇ ਨਏ ਬੰਦੇ ਨੇ। ਇਸ ਵਿੱਚ ਅਸੀਂ 5 ਦੋਸ਼ੀ ਗ੍ਰਿਫਤਾਰ ਕੀਤੇ ਹੈ ਅਤੇ ਕੁਛ ਜੁਵਨਾਇਲ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ, ਜੋ ਵੀ ਐਸ ਪਰ ਲਾਅ ਬਣਦਾ ਉਹ ਵੀ ਕਾਰਵਾਈ ਕਰ ਰਹੇ ਨੇ। ਕਾਪਾ ਗੈਂਗ ਸੀਗੇ, ਇਹ ਕੀ ਵਾਰਦਾਤ ਨੂੰ ਅੰਜਾਮ ਦਿੰਦੇ ਹੀਗੇ ਸੀਗੇ? ਦੇਖੋ, ਇਹਨਾਂ ਦਾ MO ਬਹੁਤ ਹੀ ਨਯਾ ਥਾ। ਇਹ ਰਾਤ ਨੂੰ ਯੂਜੁਅਲੀ ਓਪਰੇਟ ਕਰ ਰਹੇ ਸੀਗੇ, ਦਿਨ 'ਚ ਇਹ ਆਪਣੇ ਕੰਮ ਕਰਦੇ ਸੀ ਅਤੇ ਉਹਦੇ ਬਾਅਦ ਰਾਤ ਮੇਂ ਇਹਨਾਂ ਦੀ ਉਮਰ 20 ਅਤੇ 30 ਸੀਗੀ। ਇਹ ਜਿਹੜੇ ਮੈਂ ਕਿਹਾ ਤੁਹਾਨੂੰ ਵਲਨਰੇਬਲ ਜਿਹੜੇ ਏਰੀਆਜ਼ ਹੈਗੇ ਸਾਡੇ, ਜਾਂ ਪੇ ਅੰਧੇਰਾ, ਐਸੇ ਏਰੀਆ ਟਾਰਗੇਟ ਕਰਕੇ ਜੋ ਫੈਮਿਲੀ ਦੇ ਨਾਲ ਜਾ ਰਿਹਾ ਹੈ, ਜਿਹੜੀ ਮਹਿਲਾਏ ਨੇ, ਜਿਹੜੇ ਬਜ਼ੁਰਗ ਨੇ, ਜਾਂ ਅਦਰਵਾਈਜ਼ ਜਿਹੜੇ ਇੰਪਲੋਈਜ਼ ਜਿਵੇਂ ਅਕੇਲੇ ਜਾਂਦੇ ਹੈ ਰਾਤ ਕੋ ਇੱਕ ਟਾਈਮ 'ਤੇ ਲੌਟ ਰਹੇ, ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਸਨੈਚਿੰਗ ਕਰਦੇ ਸੀਗੇ। ਅਤੇ ਇਹ ਕਾਫੀ ਆਪਣੇ ਕਾਪੇ ਦੇ ਇਸਤੇਮਾਲ ਨਾਲ, ਏਅਰ ਪਿਸਟਲ ਦੇ ਇਸਤੇਮਾਲ ਨਾਲ, ਟੋਏ ਪਿਸਟਲ ਦੇ ਇਸਤੇਮਾਲ ਨਾਲ, ਕੱਟੇ ਦੇ ਇਸਤੇਮਾਲ ਨਾਲ ਉਹਨੂੰ ਇੰਜਰ ਕਰਨ ਦੀ ਵੀ ਕੋਸ਼ਿਸ਼ ਕਰਦੇ ਸੀ। ਦੇਖੀਏ, ਇਹ ਸਾਰਾ ਕੁਛ ਤੇ ਡਾਕਟਰ ਦੇ ਟੈਸਟ ਕੇ ਬਾਅਦ ਹੀ ਅਸੀਂ ਤੌਰ 'ਚ ਕਹਿ ਪਾਏਂਗੇ, ਕਲੀਅਰ ਤੌਰ 'ਚ ਕਹਿ ਪਾਂਗੇ। ਸਾਰੇ ਛੋਟੀ ਉਮਰ ਦੇ ਹੈਗੇ ਆ? ਇਹ ਸਾਰੇ 30 ਸਾਲ ਤੇ ਘੱਟ ਹੈਗੇ। ਜਿਹੜੇ 11 ਦੋਸ਼ੀ ਗ੍ਰਿਫਤਾਰ ਹੋਏ ਨੇ ਉਨਮੇਂ ਸੇ ਸਿਰਫ 1 30 ਸਾਲ ਤੋਂ ਵੱਧ ਹੈ, ਬਾਕੀ ਇਹ ਸਾਰੇ 30 ਸਾਲ ਤੋਂ ਘੱਟ ਨੇ ਤੇ ਯੂਜੁਅਲੀ ਇਹ ਸਾਰੇ ਫਿਰੋਜ਼ਪੁਰ ਏਰੀਆ ਤੇ ਸ਼ਹਿਰੀ ਏਰੀਆ ਦੇ ਹੀ ਰਹਿਣੇ ਵਾਲੇ ਹੈ। ਹਾਂਜੀ, ਇਹਨਾਂ ਦੇ ਵਿਚਕਾਰ, ਇਹਨਾਂ ਦੇ 11 ਦੋਸ਼ੀ ਗ੍ਰਿਫਤਾਰ ਹੋਏ ਨੇ, ਇਸ ਤੋਂ ਇਲਾਵਾ ਕੁਛ ਮਾਈਨਰ ਇਹਦੇ ਵਿੱਚ ਵੀ ਹੈਗੇ ਤੇ ਐਸ ਪਰ ਲਾਅ ਉਹਨਾਂ ਦੇ ਵੀ ਅਗੇਂਸਟ ਅਸੀਂ ਕਾਰਵਾਈ ਕਰਾਂਗੇ। ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਦੇ ਲਈ ਕੀ ਸਿਵਲ ਡਰੈਸ ਦੇ ਵਿੱਚ ਮਹਿਲਾ ਜਿਹੜੀਆਂ ਸੀਗੀਆਂ ਕਾਂਸਟੇਬਲ ਉਹ ਵੀ ਦੱਸਿਆ ਜਾ ਰਿਹਾ ਸੜਕਾਂ ਤੇ ਸੀਗੇ ਔਰ ਪੁਲਿਸ ਵੀ ਸੜਕ ਤੇ ਸੀ,
ਆਮ ਲੋਕ ਬਣ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ? ਨਹੀਂ ਨਹੀਂ, ਦੇਖੀਏ ਡੈਫੀਨੇਟਲੀ ਪਿਛਲੇ 15-20 ਦਿਨ ਵਿੱਚ ਜਿਵੇਂ ਮੈਨੇ ਤੁਹਾਨੂੰ ਕਿਹਾ, ਅਸੀਂ ਨਾਈਟ ਡੋਮੀਨੇਸ਼ਨ ਪਲਾਨ ਨੂੰ ਸਸ਼ਕਤ ਕੀਤਾ ਸੀ। ਸਾਡੇ SP DSP ਹੈੱਡਕੁਆਰਟਰ ਉਹ ਰੋਜ਼ ਰਾਤ ਨੂੰ ਬਾਹਰ ਰਹਿੰਦੇ ਸੀਗੇ, ਸਾਡੇ ਡੈਪਟੀ SPs ਨੇ ਬਹੁਤ ਮਿਹਨਤ ਕੀਤੀ। ਇਸ ਤੋਂ ਇਲਾਵਾ ਜਿਹੜੇ 5 ਸਾਲ ਦੇ ਟੋਟਲ ਸਾਡੇ ਮੁਕੱਦਮੇ ਸੀਗੇ, ਹੌਟਸਪੌਟ ਸੀਗੇ ਸਨੈਚਿੰਗ ਕੇ, ਉਹਨਾਂ ਦੇ ਉੱਪਰ ਅਸੀਂ ਜ਼ੋਰ ਦਿੱਤਾ। ਅਤੇ ਪਿਛਲੇ 20 ਦਿਨ ਸੇ ਜਿਹੜੀ ਸਾਡੀ ਸਿਟੀ ਦੀ ਟੀਮ ਹੈ, CIA ਦੀ ਟੀਮ ਹੈ, ਆਲ ਬੋਥ ਮੈਨ ਐਂਡ ਵੁਮੈਨ, ਉਹ ਸਿਵਲ ਡਰੈਸ 'ਚ ਬਾਹਰ ਰਹਿੰਦੇ ਸੀ ਅਤੇ ਇਹੀ ਕੋਸ਼ਿਸ਼ ਕਰ ਰਹੇ ਸੀਗੇ ਕਿ ਅਸੀਂ ਇਹਨੂੰ ਰੰਗੇ ਹੱਥ ਫੜੇ। ਔਰ ਇੱਦਾਂ ਕਰਕੇ ਅਲੱਗ ਅਲੱਗ ਤਰ੍ਹਾਂ ਸੇ ਅਸੀਂ ਟੋਟਲ 5 ਗਿਰੋਹ ਗ੍ਰਿਫਤਾਰ ਵੀ ਕੀਤੇ ਨੇ। ਅਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਸ਼ਹਿਰ ਦੇ ਵਿਚਕਾਰ ਜਿਹੜੀ ਫੈਮਲੀਜ਼ ਖੁਦ ਨੂੰ ਅਨਸੇਫ ਮਹਿਸੂਸ ਕਰਦੀ ਸੀ ਜਾਂ ਇੰਪਲੋਈਜ਼ ਨੂੰ ਲੱਗਦਾ ਸੀਗਾ ਕਿ ਕੋਈ ਤਰ੍ਹਾਂ ਦਾ ਇਸ਼ੂ ਚੱਲ ਰਿਹਾ ਹੈ, ਹੁਣ ਅਸੀਂ ਇਹੀ ਹੋਪ ਕਰਦੇ ਨੇ ਜਿਵੇਂ ਇਹ ਅਸੀਂ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਹਾਂ, ਅੱਗੇ ਵੀ ਫਿਰੋਜ਼ਪੁਰ ਪੁਲਿਸ ਇੱਦਾਂ ਹੀ ਮਿਹਨਤ ਨਾਲ ਕੰਮ ਕਰਦੀ ਰਹੇਗੀ ਅਤੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਅਮਨ ਔਰ ਸ਼ਾਂਤੀ ਹੈ ਉਹ ਰਹੇਗਾ, ਮੌਜੂਦ ਰਹੇਗਾ ਜੀ। ਪਿਛਲੇ 2 ਦਿਨ ਦੇ ਦੌਰਾਨ ਟੋਟਲ 5 ਮੁਕੱਦਮੇ ਦਰਜ ਹੈ ਜਿਹੜੇ ਸੋਲਵ ਹੋ ਚੁੱਕੇ ਨੇ। ਇਸ ਤੋਂ ਇਲਾਵਾ ਪੁੱਛਗਿੱਛ ਮੇ 18 ਤੇ ਉੱਤੇ ਮੁਕੱਦਮੇ ਸੋਲਵ ਹੋਏ ਨੇ। ਹਾਲ ਫਿਲਹਾਲ ਅਨਾਜ ਮੰਡੀ ਦੇ ਦੌਰਾਨ ਇੱਕ ਲੇਡੀ ਪੇ ਦਿਨ ਦਹਾੜੇ ਉਹਨਾਂ ਦੇ ਘਰ ਦੇ ਵਿੱਚ ਘੁਸ ਕੇ ਉਹਨਾਂ ਦੇ ਸੋਨੇ ਦੀ ਜੁਐਲਰੀ ਅਤੇ ਕੁਝ ਪੈਸੇ ਇਹਨਾਂ ਨੇ ਖੋਹ ਕੀਤੀ ਸੀਗੀ। ਅਸੀਂ ਉਹ ਕੇਸ ਵੀ ਸੋਲਵ ਕੀਤਾ ਹੈ, ਉਹ ਸਾਰੀ ਵੀ ਰਿਕਵਰੀ ਹੋ ਗਈ ਹੈ। ਇਸ ਤੋਂ ਇਲਾਵਾ ਜਿਹੜਾ ਟੈਕਸੀ ਸਟੈਂਡ ਹੈ ਉਹਦੇ ਉੱਪਰ ਇੱਕ ਬਹੁਤ ਹੀ ਨਿਰਮਮਤਾ ਸੀ, ਇਹਨਾਂ ਨੇ ਇੱਕ ਬੰਦੇ ਦੇ ਉੱਪਰ ਅਟੈਕ ਕੀਤਾ ਸੀ ਅਤੇ ਉਹਦੇ 30,000 ਰੁਪਏ ਦੀ ਜਿਹੜੀ ਮਿਹਨਤ ਦੀ ਕਮਾਈ ਸੀਗੀ ਉਹਨੂੰ ਖੋਹ ਕੀਤਾ ਸੀਗਾ। ਅਸੀਂ ਉਹ ਕੇਸ 'ਤੇ ਵੀ ਇਨ ਬੰਦੋ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਅਤੇ ਇਸ ਤੋਂ ਨਾਲ ਨਾਲ ਰਿਕਵਰੀ ਵੀ ਪੂਰੀ ਕੀਤੀ ਹੈ। ਕਲੱਬੀ ਹੋਟਲ ਮੇ ਜਿਹੜਾ ਹਾਲ ਫਿਲਹਾਲ ਨਿਊਜ਼ 'ਚ ਆਇਆ ਵੀ ਸੀਗਾ, ਉਹਦੇ ਵਿੱਚ ਵੀ ਜਿਹੜੀ ਪਿਸਤਲ ਦੇ ਨੌਕ ਪਿਸਤੌਲ ਦਿਖਾ ਕੇ ਇਹਨਾਂ ਨੇ ਜਿਹੜੀ ਝਪਟ ਕੀਤੀ ਸੀਗੀ ਉਹਦੇ ਵਿੱਚ ਵੀ ਅਸੀਂ ਰਿਕਵਰੀ ਕਰਨ 'ਚ ਕਾਮਯਾਬ ਹੋਏ ਨੇ ਅਤੇ ਨਾਲ ਨਾਲ ਅਤੇ ਉਹਦੇ ਵਿੱਚ ਵੀ ਜਿਹੜੇ ਕੇਸ ਨੇ ਮੁਕੱਦਮੇ ਟਰੇਸ ਕਰਕੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਂ ਹੋਰ ਵੀ ਮੈਮ ਅੱਗੇ ਜਿਹੜੇ ਕੇਸ ਹੈ ਉਹ ਸੋਲਵ ਹੋ ਸਕਦੇ ਇਹਨਾਂ ਤੋਂ ਪੁੱਛਗਿੱਛ ਤੋਂ? ਨਹੀਂ ਨਹੀਂ, ਡੈਫੀਨੇਟਲੀ ਦੇਖੀ ਸਾਡੀ SP ਇਨਵੈਸਟੀਗੇਸ਼ਨ, ਡੈਪਟੀ SP ਇਨਵੈਸਟੀਗੇਸ਼ਨ, ਡੈਪਟੀ SP ਸਿਟੀ ਦੀ ਟੀਮ ਬਹੁਤ ਮਿਹਨਤ ਕਰ ਰਹੀ ਹੈ। ਸਾਡੇ ਨਵੇਂ CIA ਇੰਚਾਰਜ ਅਤੇ ਜਿਹੜੇ ਸਦਰ ਥਾਣਾ ਅਤੇ ਇਨਫੈਕਟ ਕੈਂਪ ਫਿਰੋਜ਼ਪੁਰ ਦੇ ਵੀ ਜਿਹੜੇ ਨਵੇਂ SHO ਸਾਹਿਬ ਆਏ ਇਹਨਾਂ ਨੇ ਕਾਫੀ ਮਿਹਨਤ ਕੀ ਹੈ। ਇਹ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਹੁਣ 5 ਗੈਂਗ ਨੂੰ ਫੜਨ 'ਚ ਕਾਮਯਾਬ ਹੋ ਗਏ ਹੈ ਅਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਅਤੇ ਔਰ ਵੀ ਬੰਦੇ ਜਿਹੜੇ ਸਾਡੇ ਸ਼ਹਿਰ ਮੇ ਪੀਸ ਕੋ ਡਿਸਟਰੋਏ ਕਰ ਰਹੇ ਨੇ ਉਹਨੂੰ ਪਕੜੇ ਜੀ।